एक तरफ यहां केंद्र और सूबे की सरकार चुनाव में गरीब और आम लोगों के लिए नई नई स्कीमें लाने का वादा करती है, वहीं मानसा जिले के एक ऐसे परिवार की कहानी आज हम आपके सामने रखेंगे जिसकी महिला सदस्य द्वारा गरीबी के कारण आत्महत्या करने के बावजूद सरकारी सहायता के अभाव में यह परिवार समस्याओं से जूझ रहा है। मानसा के गांव चनीर के लिली सिंह के परिवार में कभी मियां बीवी और तीन बच्चों का एक हंसता खेलता आशियाना था, लेकिन घरेलू परेशानियों के कारण लिली सिंह की घरवाली ने आत्महत्या कर ली और आज लिली सिंह अपने तीन बच्चों के साथ गरीबी का जीवन व्यतीत करने के लिए मजबूर है। लिली सिंह की बेटी सिमरप्रीत कौर, जिसकी उम्र महज 8 वर्ष है, जिसके अभी खेलने कूदने के दिन है, उसको ही अब घर का सारा काम करना पड़ रहा है। दूसरी ओर घर के हालात कुछ ऐसे हैं कि उनके घर को दरवाजा और बच्चों को नहलाने के लिए बाथरूम की चारद्वारी तक नहीं है। ऐसे में बच्चों को नहलाना बहुत मुश्किल हो रहा है। सरकार की उज्जवल योजना के तहत इनको यहां सहायता नहीं मिली, वहां स्वच्छ भारत योजना के तहत पखाने की राशि भी पूरी नहीं मिली, जिसके कारण पखाने का निर्माण अधर में लटका हुआ है, जिस कारण बच्चों को काफी तकलीफ होती है। वहीं इसी बच्ची का सपना है कि वो पढ़ लिखकर अपने परिवार का नाम रोशन करना चाहती है। उन्होंने लोगों से अपील की है कि उन्हें सहायता कर परिवार के हालात सुधारने में मदद करे। ਆ ਛੂਟ ਲਈ ਚੁੱਕੇ ਹੋ ਅਤੇ ਵੀ ਘਰ ਤੁਹਾਡੇ ਸਾਹਮਣੇ ਹੈਗਾ ਜੀ, ਅਤੇ ਇਹ ਬਹੁਤ ਹੀ ਗਰੀਬ ਪਰਿਵਾਰ ਆ ਅਤੇ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਮਦਦ ਨਹੀਂ ਕੀਤੀ। ਆ ਵੀ ਪਖਾਨੇ ਵੀ ਤੁਸੀਂ ਦੇਖ ਚੁੱਕੇ ਹੋ, ਘਰ ਦੀ ਹਾਲਤ ਤੁਹਾਡੇ ਸਾਹਮਣੇ ਆ, ਵੀ ਇਹ ਵੀ ਅਧੂਰੇ ਪਏ ਆ। ਇਹੀ ਹਾਲਾਤ ਦੇਖ ਕੇ ਅਤੇ ਵੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਕਮ ਸੇ ਕਮ ਲੜਕੀ ਆ, ਨਹਾਉਣ ਵਾਲਾ ਤਾਂ ਕੰਪਲੀਟ ਹੋਣਾ ਚਾਹੀਦਾ, ਹੋਰ ਤਾਂ ਵੀ ਵਾਧੀਆਂ ਗੱਲਾਂ ਲੜਕੀ ਹੋਣ ਦੇ ਨਾਤੇ। ਜੀ ਸਾਡੇ ਗਰੀਬੀ ਕਰਕੇ ਘਰੇ ਪਲੇਸ ਰਹਿੰਦਾ ਸੀਗਾ ਜੀ, ਬਣਦਾ ਨਹੀਂ ਸੀ ਕੁਛ ਘਰੇ, ਅਤੇ ਮੇਰੇ ਘਰ ਵਾਲੀ ਨੇ ਆਤਮ ਹੱਤਿਆ ਕਰ ਲਈ ਜੀ। ਉਦੋਂ ਬਾਅਦ ਸਾਡੀ ਸਰਕਾਰ ਨੇ ਕਿਸੇ ਨੇ ਬਾਂਹ ਨਹੀਂ ਫੜੀ। ਮੈਂ ਜਵਾਕ, ਮੇਰੇ 3 ਸੀਗੇ, ਇੱਕ ਉਹ ਗੁੱਡੀ ਆ ਛੋਟੀ ਜੀ, ਉਹ ਮਸਾਂ ਪਾਲੀ ਆ ਜੀ, ਮੈਂ ਭੁੱਖੇ ਤੇ ਰਹਿ ਕੇ, ਕਿਤੇ ਦਿਹਾੜੀ ਮੇਰੀ ਲੱਗਦੀ ਸੀ ਕਿਤੇ ਲੱਗਦੀ ਨਹੀਂ ਸੀ, ਅਤੇ ਮੈਨੂੰ ਕੋਈ ਮੰਗਿਆ ਵੀ ਚੀਜ਼ ਨਹੀਂ ਦਿੰਦਾ ਸੀਗਾ ਜੀ, ਅਤੇ ਬਹੁਤ ਔਖਾ ਨਾਲ ਟਾਈਮ ਪਾਸ ਕੀਤਾ ਜੀ। ਨਾ ਜੀ ਕੋਈ ਲਾਭ ਨਹੀਂ ਮਿਲਿਆ ਜੀ, ਸਰਕਾਰ ਨੇ ਸਾਡੀ ਕੋਈ ਝੱਕੀ ਵੀ ਨਹੀਂ। ਸਰਕਾਰ ਨੇ ਸਾਨੂੰ ਨਾ ਤਾਂ ਗੈਂਸੀ ਚੁੱਲ੍ਹਾ ਦਿੱਤਾ ਜੀ, ਗੈਂਸੀ ਚੁੱਲ੍ਹੇ ਆਏ ਸੀਗੇ, ਮੈਂ ਗਿਆ ਸੀ ਲੈਣ, ਉਹ ਕਹਿੰਦੇ ਵੀ ਜਿਹਦੇ ਜਨਾਨੀ ਹੈਗੀ ਉਹਨੂੰ ਮਿਲਣਗੇ ਅਤੇ ਦੂਜਿਆਂ ਨੂੰ ਮਿਲਦੇ ਨਹੀਂ। ਅਸੀਂ ਜੀ ਬਾਂਝੇ ਰਹਿ ਗਏ ਇਸ ਕੰਨਿਓ, ਸਾਨੂੰ ਕੁਛ ਨਹੀਂ ਮਿਲਿਆ ਜੀ। ਮਖਾਨੇ ਵਾਸਤੇ ਆਇਆ ਸੀਗਾ ਜੀ, ਸਾਨੂੰ ਉਹਦੇ 'ਚੋਂ 10,000 ਰੁਪਈਆ ਦਿੱਤਾ ਜੀ, ਸਾਡਾ 5-7,000 ਵਿੱਚ ਹੀ ਪਿਆ ਜੀ। ਆਹ ਵਿਚਾਲੇ ਪਏ ਨਹੀਂ ਜੀ, ਇਹ ਵੀ ਨਹੀਂ ਸਿਰੇ ਚੜ੍ਹਿਆ ਸਾਡਾ। ਹੋਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਜੀ, ਨਾ ਮੇਰੇ ਬੱਚਿਆਂ ਨੂੰ। ਵਜ਼ੀਫਾ ਵੀ ਰੁਕ ਰਿਹਾ ਜੀ, ਉਹਨਾਂ ਦਾ ਕੁਛ ਨਹੀਂ ਦਿੰਦੇ ਜੀ ਹੁਣ ਵਜ਼ੀਫਾ ਵੀ। ਮੈਂ ਪਿੱਛੇ ਜੇ ਪੈਸੇ ਭਰਾ ਲੈਂਦੇ ਸਕੂਲਾਂ 'ਚ 100 ਰੁਪਈਆ, ਅਤੇ ਉਹ 100 ਰੁਪਈਆ ਕੋਲੋਂ ਲੈ ਲੈਂਦੇ ਆ ਸਾਥੋਂ, ਅਤੇ ਜਵਾਕ ਦਾ ਵਜ਼ੀਫਾ ਵੀ ਨਹੀਂ ਆਇਆ ਜੀ। ਸਾਡੇ ਉਸ ਟਾਈਮ ਬਹੁਤ ਗਰੀਬੀ ਸੀ ਜੀ, ਸਾਡੇ ਘਰ ਕਲੇਸ਼ ਰਹਿੰਦਾ ਸੀ, ਇਸ ਲਈ ਮੇਰੀ ਮੰਮੀ ਨੇ ਆਤਮ ਹੱਤਿਆ ਕਰ ਲਈ ਸੀ। ਮੈਂ ਹੁਣ ਚੰਗੀ ਤਰ੍ਹਾਂ ਪੜ੍ਹ ਕੇ ਆਪਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹਾਂ। ਨਾ ਜੀ ਸਾਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ।